ਜਲੰਧਰ ਨੇ ਦੱਸਿਆ ਕਿ ਸਾਲ 2008 ਦੇ ਵਿੱਚ ਭਾਰਤੀ ਖੁਫੀਆ ਏਜੰਸੀ ਦੇ ਕਹਿਣ ਤੇ ਚੱਕ ਅਮਰੂ ਜੰਮੂ ਦੇ ਰਾਸਤੇ ਸਰਹੱਦ ਪਾਰ ਕਰਕੇ ਪਾਕਿਸਤਾਨ ਗਿਆ, ਪਰ ਸਰਹੱਦ ਪਾਰ ਕਰਦੇ ਹੀ ਉਹ ਪਾਕਿਸਤਾਨੀ ਆਰਮੀ ਦੇ ਕਾਬੂ ਆ ਗਿਆ, ਜਿੱਥੋਂ ਇੱਕ ਸਾਲ ਉਸਨੂੰ ਪੁੱਛਗਿੱਛ ਕਰਦੇ ਰਹੇ। ਉਸ ਤੋਂ ਬਾਅਦ 3 ਸਾਲ ਲਈ ਸਿਆਲਕੋਟ ਜੇਲ੍ਹ ਵਿੱਚ ਰੱਖਿਆ ਗਿਆ। ਉੱਥੇ ਉਸਨੂੰ ਪੁੱਛਗਿੱਛ ਦੌਰਾਨ ਤਸੀਹੇ ਦਿੰਦੇ ਰਹੇ, ਮਾਰਕੁਟਾਈ ਕਰਦੇ ਰਹੇ। ਉਸ ਤੋਂ ਬਾਅਦ ਉਸ ਉੱਤੇ ਕੇਸ ਚੱਲਿਆ ਅਤੇ ਉਸਨੂੰ 10 ਸਾਲ ਦੀ ਕੈਦ ਹੋ ਗਈ। ਕੈਦ ਹੋਣ ਤੋਂ ਬਾਅਦ ਮਹਿੰਦਰ ਨੂੰ ਲਾਹੌਰ ਜੇਲ੍ਹ ਕੋਟ ਲਖਪਤ ਵਿੱਚ ਰੱਖਿਆ ਗਿਆ। ਉੱਥੇ ਪਾਕਿਸਤਾਨੀ ਕੈਦੀ ਭਾਰਤੀ ਕੈਦੀਆਂ ਨਾਲ ਵੈਰ ਵਿਰੋਧਤਾ ਰੱਖਦੇ ਹਨ, ਪਰ ਜੇਲ੍ਹ ਦੇ ਚੰਗੇ ਅਫਸਰ ਪਾਕਿਸਤਾਨੀ ਕੈਦੀਆਂ ਤੋਂ ਬਚਾ ਕੇ ਰੱਖਦੇ ਹਨ। ਖਾਣ ਪੀਣ ਨੂੰ ਵਧੀਆ ਦਿੱਤਾ ਜਾਂਦਾ ਹੈ। ਜੇਲ੍ਹ ਵਿੱਚ ਉਸਦੇ ਨਾਲ 18 ਤੋਂ 20 ਭਾਰਤੀ ਕੈਦੀ ਸਨ ਅਤੇ ਹੁਣ ਉਸਦੀ ਸਜ਼ਾ ਪੂਰੀ ਹੋਣ ਤੇ ਉਸਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਵਾਗੇ ਰਾਹੀਂ ਭਾਰਤ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਮਹਿੰਦਰ ਨੇ ਦੱਸਿਆ ਕਿ ਜੇਲ੍ਹ ਵਿੱਚ ਰਹਿ ਕੇ ਦਿਮਾਗੀ ਪਰੇਸ਼ਾਨੀ ਬਹੁਤ ਰਹਿੰਦੀ ਹੈ। ਮਹਿੰਦਰ ਨੇ ਕਿਹਾ ਕਿ ਉਸਨੇ ਜਿਉਂਦਾ ਵਾਪਸ ਆਉਣ ਦੀ ਉਮੀਦ ਛੱਡ ਦਿੱਤੀ ਸੀ। ਮਹਿੰਦਰ ਨੇ ਦੱਸਿਆ ਕਿ ਪਹਿਲਾਂ ਹੀ ਉਹ ਭਾਰਤੀ ਖੁਫੀਆ ਏਜੰਸੀ ਦੇ ਕਹਿਣ 'ਤੇ ਪਾਕਿਸਤਾਨ ਗਿਆ ਸੀ, ਪਰ ਉਸ ਸਮੇਂ ਵਾਪਸ ਆ ਗਿਆ ਸੀ, ਪਰ ਜਦੋਂ 2008 ਵਿੱਚ ਦੁਬਾਰਾ ਗਿਆ ਤਾਂ ਉੱਥੇ ਕਾਬੂ ਆ ਗਿਆ। ਮਹਿੰਦਰ ਨੇ ਦੱਸਿਆ ਕਿ ਦਿਮਾਗੀ ਪਰੇਸ਼ਾਨੀ ਚੱਲਦੇ ਉਹ ਆਪਣੇ ਬੱਚਿਆਂ ਅਤੇ ਪਤਨੀ ਦੇ ਚਿਹਰੇ ਵੀ ਭੁੱਲ ਗਿਆ ਸੀ। ਉੱਥੇ ਹੀ ਮਹਿੰਦਰ ਭਾਰਤ ਸਰਕਾਰ ਅੱਗੇ ਅਪੀਲ ਕਰ ਰਿਹਾ ਹੈ ਕਿ ਉਸਨੇ ਦੇਸ਼ ਦੀ ਖਾਤਰ ਪਾਕਿਸਤਾਨ ਗਿਆ, ਪਰ ਭਾਰਤ ਸਰਕਾਰ ਅਤੇ ਭਾਰਤੀ ਖੁਫੀਆ ਏਜੰਸੀਆਂ ਨੇ ਉਸਦੇ ਬਾਅਦ ਅਤੇ ਨਾ ਹੁਣ ਉਸਦੇ ਅਤੇ ਉਸਦੇ ਪਰਿਵਾਰ ਦੀ ਸਾਰ ਲਈ। ਉਸਨੇ ਕਿਹਾ ਕਿ ਉਸਨੇ ਹੀ ਦੇਸ਼ ਖਾਤਰ ਆਪਣੀ ਜ਼ਿੰਦਗੀ ਅਤੇ ਕੀਮਤੀ ਸਾਲ ਬਰਬਾਦ ਕੀਤੇ ਹਨ ਅਤੇ ਭਾਰਤ ਸਰਕਾਰ ਉਸਦੀ ਅਤੇ ਉਸਦੇ ਪਰਿਵਾਰ ਦੀ ਮਾਲੀ ਮਦਦ ਕਰੇ। ਉੱਥੇ ਹੀ ਮਹਿੰਦਰ ਦੀ ਪਤਨੀ ਬੇਬੀ ਨੇ ਦੱਸਿਆ ਕਿ ਮਹਿੰਦਰ ਜਦੋਂ ਵੀ ਜਾਂਦਾ ਕਹਿ ਕੇ ਜਾਂਦਾ ਕਿ ਦੇਸ਼ ਦੀ ਖਾਤਰ ਦੇਸ਼ ਦੇ ਕੰਮ ਦੇ ਲਈ ਚੱਲਿਆ ਹੈ, ਪਰ 2008 ਵਿੱਚ ਅਜਿਹਾ ਹੋਇਆ। ਮੁੜ 14 ਸਾਲ ਵਾਪਸ ਨਹੀਂ ਆਇਆ। ਅਸੀਂ ਮਹਿੰਦਰ ਦੇ ਜਿਉਂਦੇ ਹੋਣ ਦੀ ਉਮੀਦ ਵੀ ਛੱਡ ਚੁੱਕੇ ਸੀ। 4 ਲੜਕੀਆਂ ਅਤੇ 2 ਬੇਟੀਆਂ ਦੀ ਉਸਨੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਪਾਲਿਆ ਅਤੇ ਜਵਾਨ ਕੀਤਾ, ਬੱਚਿਆਂ ਨੂੰ ਇਕੱਲੇ ਹੀ ਵਿਆਹਿਆ। ਹੁਣ ਜਦੋਂ 14 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਫੋਨ 'ਤੇ ਇਤਲਾਹ ਮਿਲੀ ਕਿ ਕੋਈ ਪਾਕਿਸਤਾਨ ਵੱਲੋਂ ਵਾਗੇ ਸਰਹੱਦ ਰਾਹੀਂ ਵਾਪਸ ਭਾਰਤ ਆਇਆ ਹੈ, ਤਾਂ ਜਾ ਕੇ ਦੇਖਿਆ ਅਤੇ ਉਹ ਮਹਿੰਦਰ ਸੀ। ਪਤਨੀ ਨੇ ਅੱਗੇ ਕਿਹਾ ਕਿ ਮਹਿੰਦਰ ਦੇ ਜਾਣ ਤੋਂ ਬਾਅਦ ਸਾਡੀ ਕਿਸੇ ਨੇ ਕੋਈ ਸਾਰ ਨਹੀਂ ਲਈ। 9 ਮਹੀਨੇ ਕੁ ਬਾਅਦ ਸਾਰਾ ਰੌਲਾ ਪੈ ਗਿਆ ਤੇ ਉੱਧਰ ਉਹ ਬਾਹਰ ਗਿਆ ਸੀ ਤੇ ਉੱਧਰ ਹੀ ਫਸ ਗਿਆ। ਫਿਰ ਕਿੱਦਾਂ, ਤੁਹਾਨੂੰ ਪਤਾ ਜਦੋਂ ਛੋਟੇ ਛੋਟੇ ਬੱਚੇ ਹੋਣ ਕਿੰਨਾ ਮੁਸ਼ਕਿਲ ਲੱਗਦਾ ਹੈ ਕਿ ਜਿਵੇਂ ਪਹਾੜੀ ਉੱਤੇ ਸਾਡੇ ਡਿੱਗ ਗਿਆ। ਫਿਰ ਬੜੀ ਮੁਸ਼ਕਿਲ ਕੰਮ ਕਾਰ ਕਰਕੇ ਘਰਾਂ ਵਿੱਚ ਕਿ ਸਕੂਲ 'ਚ ਕੰਮ ਕਰਨਾ, ਫਿਰ ਜਾ ਕੇ ਨਿਆਣੇ ਥੋੜ੍ਹੇ ਵੱਡੇ ਹੋਏ ਫਿਰ ਉਹ ਦਿਹਾੜੀ ਦਿਹੁੜੀ ਕਰਨ ਡਿਆ ਪਿਆ, ਮੁੰਡਾ ਪਿੰਡ ਦਾ ਕੰਮ ਕਰਨ ਡਿਆ ਪਿਆ। ਪਹਿਲਾਂ ਤਾਂ 3-4 ਸਾਲ ਜਿਹੜੇ ਬੜੇ ਕਿ ਸਬਜ਼ੀ ਵੀ ਨਹੀਂ ਲੱਭਦੀ ਹੁੰਦੀ, ਚਾਹ ਨਾਲ ਹੀ ਰੋਟੀ, ਚਾਹ ਨਾਲ ਹੀ ਰੋਟੀ ਖਾ ਲੈਣੀ, ਚੌਲ ਖਾ ਲੈਣੇ। ਅਤੇ ਫਿਰ ਮੁੰਡਾ ਥੋੜ੍ਹਾ ਵੱਡਾ ਕੰਮ ਉਹ ਕਰਨ ਡਿਆ ਪਿਆ ਅਤੇ ਫਿਰ ਥੋੜ੍ਹਾ ਚਲੋ ਹਾਲਾਤ ਸੁਧਰਨ ਡਿਆ ਪਿਆ, ਰੋਟੀ ਪਾਣੀ ਮਿਲਣ ਡਿਆ ਪਿਆ। ਫਿਰ ਇੱਦਾਂ ਹੀ ਸਾਰੇ ਜਣੇ ਕੰਮ ਕੁੰਮ ਕਰਕੇ ਗੁਜ਼ਾਰਾ ਕਰਦੇ, ਫਿਰ ਕੀ ਕਰਨਾ। ਨੌਕਰੀ ਤੇ ਲਾਵਾਂਗੇ, ਓ ਕਰਾਂਗੇ, ਜੋ ਕਰਾਂਗੇ, ਪਰ ਮੁੜ ਕੇ ਜਦੋਂ ਇਹ ਉੱਧਰ ਫਸ ਕੇ ਕਿਸੇ ਨੇ ਮੁੜ ਕੇ ਆਣ ਕੇ ਪੁੱਛਿਆ ਤੱਕ ਨੀ। ਪਹਿਲਾਂ ਜਿਹੜੇ ਨੇ 1-2 ਨੰਬਰ ਹੀ ਸਾਡੇ ਕੋਲੋਂ ਫੋਨ ਫਾਨ ਕਰਦੇ ਹੁੰਦੇ ਸੀ ਅਫਸਰਾਂ ਨੂੰ, ਉਹਨਾਂ ਕਹਿਣਾ ਬੀਬੀ ਆ ਜਾਣਾ ਆ ਜਾਣਾ, ਦਾ 10-15 ਦਿਨ ਕਰਦੇ ਰਹੇ, ਫਿਰ ਉਹਨਾਂ ਨੇ ਫੋਨ ਵੀ ਉਹ ਬੰਦ ਕਰ ਦਿੱਤੇ। ਫਿਰ ਅਸੀਂ ਕੀ ਕਹਿਣ ਨੂੰ, ਜਦੋਂ ਫੋਨ ਹੀ ਨਹੀਂ ਕਰਦੇ ਫਿਰ ਕਹਿਣਾ ਕਿੰਨਾ ਹੈ। ਮੈਂ ਸੰਚ ਗਿਆ ਜੀ 2008 'ਚ, 8 'ਚ ਗਿਆ ਵਾਂ, ਉਹਦੇ ਬਾਅਦ ਚੱਕ ਅਮਰੂ ਤੋਂ ਕ੍ਰਾਸ ਕੀਤਾ। ਇਹ ਕਿੱਥੇ ਪੈਂਦਾ ਚੱਕ ਅਮਰੂ? ਇਹ ਚੱਕ ਅਮਰੂ ਪੈ ਜਾਂਦਾ ਜੀ ਆਪਣੇ ਕਿਹੜਾ ਆ, ਮੁੱਠੀ ਨਹੀਂ, ਮੁੱਠੀ ਨਹੀਂ, ਇਹ ਬੋਵੀਆ, ਬੋਵੀਆ, ਹਾਂ ਹਾਂ ਹਾਂ, ਜੰਮੂ ਦੇ ਕੋਲ ਬੋਵੀਆ ਪੈ ਜਾਂਦਾ। ਗਾੜੀ ਇਹਨਾਂ ਦੀ ਪੈ ਜਾਂਦੀ ਆ, ਕੋਈ ਪੋਸਟ ਪਤਾ ਨਹੀਂ ਕਿਹੜੀ ਪੈਂਦੀ ਹੈ ਕਿਹੜੀ ਨਹੀਂ, ਮੇਰੇ ਦਿਮਾਗ 'ਚ ਨਹੀਂ ਆ। ਸਟੇਸ਼ਨ ਪੈ ਜਾਂਦਾ ਇਹਨਾਂ ਦਾ, ਇਹਦਾ ਪਤਾ ਨਹੀਂ ਕਿਹੜਾ ਸਟੇਸ਼ਨ ਹੈ ਕਿਹੜਾ ਨਹੀਂ। ਉੱਥੋਂ ਪਹਿਲਾਂ ਹੀ ਤਕਰੀਬਨ ਫੜਿਆ ਜਾਈਦਾ, ਠੀਕ ਆ। ਉਹਦੇ ਬਾਅਦ ਫਿਰ ਸਿਆਲਕੋਟ ਪੇਸ਼ ਕੀਤਾ ਗਿਆ ਜੇਲ੍ਹ 'ਚ, ਜੇਲ੍ਹ 'ਚ ਸਿਆਲਕੋਟ ਪੇਸ਼ ਕੀਤਾ ਗਿਆ। ਗਾੜੀ ਉੱਥੇ ਫਿਰ ਕੇਸ ਚੱਲਦਾ ਰਿਹਾ, ਕੇਸ ਚੱਲਦਾ ਰਿਹਾ, ਕੇਸ ਤੋਂ ਬਾਅਦ ਸਜ਼ਾ ਕੀਤੀ ਆ, ਸਜ਼ਾ ਕਰਕੇ ਫਿਰ ਲਾਹੌਰ ਪਹੁੰਚਾਇਆ। ਲਾਹੌਰ ਪਹੁੰਚਾ ਕੇ ਫਿਰ ਤਕਰੀਬਨ ਸਜ਼ਾ ਦੇਤੀ ਹੈ, ਫਿਰ ਕੇਸ ਬੰਦ ਹੋ ਗਿਆ। ਉਹਦੇ ਬਾਅਦ ਫਿਰ 3-6 ਸਾਲ ਚਲਾਈ ਤਰੀਕ, ਉਹਦੇ ਤਰੀਕ ਦੇ ਬਾਅਦ ਮੈਨੂੰ ਫਾਰਗ ਕੀਤਾ, ਠੀਕ ਹੈ। ਤੇ ਇਹ ਜਦੋਂ ਤੁਸੀਂ ਉੱਥੋਂ ਕ੍ਰੋਸ ਕੀਤੇ ਹੋ, ਕ੍ਰੋਸ ਕਰਦੇ ਫੜੇ ਗਏ? ਹਾਂ, ਕ੍ਰੋਸ ਕਰਦਿਆਂ ਫੜੇ ਗਏ ਹਾਂ, ਠੀਕ ਹੈ। ਸਿਆਲਕੋਟ ਜੇਲ੍ਹ 'ਚ ਕਿੰਨੇ ਸਾਲ? ਸਿਆਲਕੋਟ 3 ਸਾਲ ਰੱਖਿਆ ਜੀ, 3 ਸਾਲ ਰੱਖਿਆ, 3 ਸਾਲ ਪੀਟਰ ਚੱਲਦਾ ਰਿਹਾ ਸਾਡਾ। ਉਹ 3 ਸਾਲ ਦੇ ਵਿੱਚ ਫਿਰ ਕੀ ਕੁਛ ਕੀਤਾ ਜਾਂਦਾ ਤੁਹਾਡੇ ਨਾਲ? 3 ਸਾਲ 'ਚ ਤਫਦੀਸ਼ ਕਰਦੇ ਨੇ ਜੀ, ਤਫਦੀਸ਼ ਪੁੱਛਗਿੱਛ ਕਰਦੇ ਰਹਿੰਦੇ ਨੇ, ਮਾਰਕਟਾਈ ਕਰਦੇ ਰਹਿੰਦੇ ਨੇ, ਠੀਕ ਹੈ। ਉਹਦੇ ਬਾਅਦ 10 ਸਾਲਾਂ ਬਾਅਦ ਸਜ਼ਾ ਦੇ ਦਿੰਦੇ ਨੇ, ਠੀਕ ਹੈ, ਮਾਰਕੁੱਟ ਕਰਦੇ ਰਹਿੰਦੇ ਨੇ ਤੇ ਵਿੱਚ
ਡੈਸ਼ਟ ਕਰ ਦਿੰਦੇ ਰਹਿੰਦੇ ਨੇ, ਫਿਰ ਮਾਰਕਟ ਆਈ ਚਾਲੂ ਕਰ ਦਿੰਦੇ ਨੇ। ਇਹ ਜੀ ਪੁੱਛਦੇ ਕਿਸ ਤੇ ਕੀ ਹੈ ਤੁਹਾਨੂੰ ਜਦੋਂ ਮਾਰਕਟ ਪੁੱਛਦੇ ਕਿਸ਼ਤੀ ਇਹੋ ਹੀ ਹੈ ਵੀ ਤੂੰ ਕਿਹੜਾ ਕਿਹੜਾ ਕੰਮ ਗਲਤ ਕੀਤਾ ਆ, ਕਿੱਥੋਂ ਕਿੱਥੋਂ ਕੰਮ ਖੜਿਆ ਆ, ਠੀਕ ਹੈ। ਤੇ ਅਸੀਂ ਤਕਰੀਬਨ ਖੜਨੇ ਆ ਜਿੱਥੋਂ ਦੱਸਦੇ ਨਹੀਂ ਆ, ਤੇ ਮਾਰਕ ਦੇ ਕੁੱਟਦੇ ਨੇ, ਨਹੀਂ ਅਸੀਂ ਉਹ ਗੋਲ ਕਰ ਛੱਡਦੇ ਆ। ਸਾਨੂੰ ਕਿਸ ਤਰੀਕੇ ਦੇ ਹੁੰਦੇ ਆ ਇਹਨਾਂ ਵੱਲੋਂ ਜਿਹੜੇ ਤੁਹਾਨੂੰ ਮਾਰਕ ਕਰਦੇ ਆ, ਕਿਸ ਤਰੀਕੇ ਨਾਲ ਕਰਦੇ ਆ, ਕੀ ਕੀ?